paro no creo. ओ सामने एक बूथर है हाँ जी मेरे कैमरे जा दो वा उत्ते थले एक और दे उत्ते भी आ गया हाँ जी एक आ बरीक है एक है थले मोटा तिन्ने कबूतर लड़ी बने एक आया देखो एक आया आ गया माशाल्लाह 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 पंजवां बह रहा और छेवां सतवां इहदे नाल ही ने इंशाल्लाह इसे लाइव चलदे दे विच ही तुहानूं उन्हां दीआं वी बहिणीआं दा शौक करावांगे इंशाल्लाह जो परे जाना ना उत्तो जो उरे होंदा फिर पार्क उड़दा यार मैं लिफ्ट नहीं कराई तुम आ के मैं हूं तो समुद्री रोड पर समुद्री रोड पर मैं बड़ा वेट किया फोन नहीं किया बिस्मिल्लाह माशाल्लाह लो जी 6:20 के उत्ते एक है ऊपर आ गया बिल्कुल
ਪੰਜਵਾਂ ਬਹਿ ਗਿਆ ਇਹ ਛੇਵਾਂ ਤੁਹਾਨੂੰ ਹੀ ਸਾਹਮਣੇ ਨਾਲ ਨਾਲ ਆ ਬਿਲਕੁਲ ਸਰਾਰ ਬਾਈ ਇੱਧਰ ਆਇਓ ਤੁਸੀਂ ਯਾਰ ਤੁਸੀਂ ਮਿਲਦੇ ਹੋ ਮਿਹਰਬਾਨੀ ਇਹ ਦੋ ਆ ਇਕੱਠੀ ਜੋੜੀ ਇਹ ਦੇਖੋ ਇਹ ਸਾਹਮਣੇ ਠਾਪਾ ਮਾਰਨ ਡਿਆ ਕਬੂਤਰ ਮਾਸ਼ਾਅੱਲਾ ਮਾਸ਼ਾਅੱਲਾ ਦੋਨੋਂ ਹੀ ਹੈ ਇਹ ਦੋਨੋਂ ਤੁਹਾਨੂੰ ਇਕੱਠੇ ਹੋ ਗਏ ਹੋਣੇ ਇਹ ਇਹ ਦੇਖੋ ਇਹ ਦੋਨੋਂ ਅੱਗੇ ਪਿੱਛੇ ਇਹ ਦੋਨੋਂ ਮਾਸ਼ਾਅੱਲਾ ਮਾਸ਼ਾਅੱਲਾ ਖੇਡਣ ਡੇ ਠਾਪੇ ਮਾਰਦੇ ਪਏ ਮਾਸ਼ਾਅੱਲਾ 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 ਅਲਹਮਦੁਲਿਲਾ ਅੱਲਾਹ ਦਾ ਕਰੋੜ ਕਰੋੜ ਬਾਰ ਸ਼ੁਕਰ ਹੈ ਇੱਕ ਹੈ ਬਹਿ ਰਿਹਾ ਮਾਸ਼ਾਅੱਲਾ ਛੇ ਪੱਚੀ ਛੇ ਪੱਚੀ ਇੱਕ ਹੈ ਸਾਹਮਣੇ ਟੁਨਿਆ ਕਿਨਵਾਂ ਬੈਠਾ ਇਹ ਆਪਣਾ ਛੇਵਾਂ ਜੀ ਛੇਵਾਂ ਤੇ ਇਹ ਸੱਤਵਾਂ ਬਹਿ ਰਿਹਾ ਮਾਸ਼ਾਅੱਲਾ ਸੱਤਵਾਂ ਬਹਿ ਰਿਹਾ
ਹੈਲੋ ਇਹ ਆ ਗਿਆ ਸਤਵਾਂ ਬਹਿ ਰਿਹਾ ਆਪਣਾ ਮਾਸ਼ਾਅੱਲਾ ਸਤਵਾਂ ਬਹਿ ਰਿਹਾ ਸਤਵਾਂ ਮਾਸ਼ਾਅੱਲਾ ਜੀ ਝੂਲੇ ਲਾਲ ਮਾਸ਼ਾਅੱਲਾ ਜੀ ਰੋ ਸਾਹਿਬ ਮਾਸ਼ਾਅੱਲਾ ਬਹੁਤ ਬਹੁਤ ਮੁਬਾਰਕ ਹੋਵੇ ਰੋ ਸਾਹਿਬ ਕੁੱਤੇ ਬੈਠੇ ਰਹੋ ਸਾਰੇ ਪਹਿਲੇ ਕੁੱਤੇ ਆ ਬਹਿਓ ਬਹਿਓ ਉਹ ਹਲੇ ਬਹਿਣੀ ਹੈ ਬਹਿਓ ਸਰ ਜੀ ਬਹੁਤ ਬਹੁਤ ਮੁਬਾਰਕ ਹੋਵੇ ਆਵਾਜ਼ ਪੂਰੀ ਹੋ ਗਈ ਤੁਹਾਡੀ ਲਓ ਜੀ ਇੱਕ ਹੀ ਮਾਸ਼ਾਅੱਲਾ ਉੱਪਰ ਰਹਿ ਗਿਆ ਬਸ ਅੱਠ ਅੱਠ ਕਬੂਤਰ ਉੱਡੇ ਨੇ ਸੱਤ ਬੈਠ ਗਏ ਮੁਨਸਫ ਆਏ ਹਾਫਿਜ਼ ਸਾਹਿਬ ਦੀ ਤਰਫੋਂ ਕਬੂਤਰ ਡੱਕਣ ਡਏ ਨੇ ਬਿਲਕੁਲ ਠੀਕ ਲਓ ਜੀ ਸੱਤ ਕਬੂਤਰ ਸਾਡੇ ਬਹਿ ਗਏ ਆ ਔਰ ਅੱਠਵਾਂ ਕਬੂਤਰ ਜਿਹੜਾ ਉਹ ਸਾਡਾ ਜਿਹੜਾ ਉਹ ਜਿਸ ਤਰ੍ਹਾਂ ਹੀ ਕਲੀਅਰ ਹੁੰਦਾ ਤੁਹਾਨੂੰ ਮੈਂ ਸ਼ੌਕ ਕਰਵਾਉਂਦਾ ਉਹਦਾ ਵੀ ਔਰ ਮੁਨਸਫ ਆਏ ਹਫ ਸਾਹਿਬ ਦੀ ਛੱਤ ਤੋਂ ਸ਼ਾਹਦ ਭਾਈ ਜਿਹੜਾ ਉਹਨਾਂ ਨੂੰ ਸਟੈਂਪਾਂ ਚੈੱਕ ਕਰਵਾ ਰਹੇ ਠੀਕ ਹੈ ਜੀ ਠੀਕ ਆ ਸਰ ਜੀ ਹੁਣ ਮੋਹਰਾ ਸ਼ੋਰਾ ਓਕੇ ਹੈ ਚਲੋ ਮਾਸ਼ਾਅੱਲਾ ਇਹ ਜਿਹੜੇ ਚਾਰ ਬੈਠੇ ਹੋ ਵਟ ਨਹੀਂ ਉਹ ਉਧਰ ਚੱਲ ਇੱਕ ਮਿੰਟ ਉਹ ਤੇ ਆ ਲਵੇ ਉੱਥੋਂ ਰਾਣਾ ਸਾਹਿਬ ਥੱਲੇ ਬੈਠੇ ਆ ਦੋਸਤਾਂ ਦੀ ਮੁਬਾਰਕਬਾਦ ਆ ਰਹੀ ਹੈ ਮਾਸ਼ਾਅੱਲਾ ਪੰਚਨ ਪਾਕ ਦੇ ਸਦਕੇ ਪੰਜਵੀਂ ਦਫਾ ਚੈਂਪੀਅਨ ਲਗਾਤਾਰ ਓਕੇ ਜੀ ਓਕੇ ਚਲੋ ਮਾਸ਼ਾਅੱਲਾ ਬਿਲਕੁਲ ਠੀਕ ਆ ਓਕੇ ਜੀ ਜੀ ਰਾਣਾ ਸਾਹਿਬ ਦੀ ਗ੍ਰੇਟ ਅਸਲਾਮ ਵਾਲੇਕਮ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ ਚੈਂਪੀਅਨਸ਼ਿਪ ਦੀ ਵੀ ਔਰ ਅੱਲਾਹ ਪਾਕ ਦੀ ਕੋਈ ਖਾਸ ਕਰਮ ਨਵਾਜ਼ੀ ਸੀ ਦੇਖੋ ਜੀ ਇਹ ਮੇਰੇ ਨਾਲ ਦੇ ਜਿਤਨੇ ਹਰੀਫ ਆ ਜੀ ਭਾਈ ਹੈ ਔਰ ਬੜੀ ਤਕੜੇ ਪਲੇਅਰ ਆ ਸਾਰੇ ਸਹੀ ਇਹ ਆਰਜਿਤ ਕਿਸਮਤ ਦੀ ਖੇਲ ਆ ਜੀ ਖੇਲ ਇਸ ਤਰ੍ਹਾਂ ਹੁੰਦੀ ਆ ਕਿ ਅਸੂ ਦੀ ਖੇਲ ਖਾਸ ਤੌਰ 'ਤੇ ਜਾਂਦਾ ਜੀ ਜਿਹਦੇ ਕਬੂਤਰ ਆਏ ਨਾ ਪੂਰੇ ਹੋਣ ਉਹ ਬੰਦਾ ਹਰ ਜਾਂਦਾ ਲੇਕਿਨ ਉਹਨੂੰ ਹਾਰਿਆ ਨਹੀਂ ਕਹਿੰਦੇ ਸਾਰੇ ਦੋਸਤ ਬਹੁਤ ਅੱਛਾ ਸ਼ੌਕ ਹੋਇਆ ਬਹੁਤ ਮਜ਼ਾ ਆਇਆ ਔਰ ਅੱਲਾਹ ਪਾਕ ਨੇ ਮੈਨੂੰ ਫਿਰ ਇੱਕ ਵਾਰੀ ਇੱਜ਼ਤ ਨਾਲ ਨਵਾਜਿਆ ਇੱਕ ਵਾਰੀ ਫਿਰ ਹਾਂਜੀ ਇੱਕ ਵਾਰੀ ਫਿਰ
ਰਾਣਾ ਸਾਹਿਬ ਜ਼ਰਾ ਨੈੱਟ ਦਾ ਇਸ਼ੂ ਆ ਗਿਆ ਸੀ, ਕੀ ਕਹਿ ਰਹੇ ਸੀ ਤੁਸੀਂ, ਤੁਹਾਡੀ ਕੀ ਖੁਆਇਸ਼ ਸੀ? ਮੇਰੀ ਖੁਆਇਸ਼ ਇਹ ਸੀ ਰਹਿਣ ਭਾਈ ਕਿ ਮੈਂ ਚੈਂਪੀਅਨ ਬਣਾ, ਔਰ ਅੱਲਾਹ ਪਾਕ ਨੇ ਬੜੀ ਮਿਹਰਬਾਨੀ ਕੀਤੀ, ਮੈਂ 60 ਕਬੂਤਰ ਮੇਰਾ ਖਿਆਲ ਆ ਕੇ ਹੁਣ ਤੱਕ ਤਕਰੀਬਨ ਜਿੱਤ ਕੇ ਬੈਠ ਹੀ ਗਏ ਆ। ਤੁਹਾਡੇ ਜਿਹੜੇ ਸੈਕਿੰਡ ਤੁਹਾਡੇ ਨਾਲ ਪਿੱਛੇ ਆ ਤਕੜੇ ਪਲੇਅਰ ਆ ਉਸਤਾਦ ਯਾਸਰ ਸਾਹਿਬ, ਸਰਫਰਾਜ਼ ਪੱਪਾ ਸਾਹਿਬ ਵੀ ਉਹ ਪਾਰਟੀ ਆ ਜੀ ਜੀ, ਔਰ ਬਹੁਤ ਨਫੀਸ ਬੰਦੇ ਆ ਉਹ, ਆਜ਼ਾਦ ਬਾਜਵਾ ਸਾਹਿਬ ਤੇ ਯਾਸਰ ਕਬੂਤਰ ਉੜਦੇ ਆ ਜੀ, ਤੇ ਉਹਨਾਂ ਦੇ ਦੋ ਕਬੂਤਰ ਉੱਤੇ ਅੱਲਾਹ ਕਰੇ ਉਹਨਾਂ ਦੇ ਵੀ ਬੈਠਣੇ ਆ ਮਾਸ਼ਾਅੱਲਾ, ਮਤਲਬ ਕੋਈ ਅਦਾਵਤ ਨਹੀਂ, ਇਹ ਸ਼ੌਕ ਆ ਬਸ। ਹਾਂ ਸਾਹਿਬ, ਜਿਹੜੀ ਤੁਹਾਡੇ ਪਿੱਛੇ ਬੈਠਾ ਕਮਾਲੀਏ ਦੇ ਵਿੱਚ ਇਸ ਦਫ਼ਾ ਕੀ ਰਿਜ਼ਲਟ ਰਿਹਾ ਆਪਣਾ? ਕਮਾਲੀਏ ਜੀ ਅਲਹਮਦੁਲਿਲਾ 3 ਰੋਜ਼ਾ ਟੂਰਨਾਮੈਂਟ ਸੀ ਜੀ, 5 ਰੋਜ਼ਾ ਸੀ। ਅੱਛਾ ਜੀ, ਬਹੁਤ ਹੀ ਮਾਸ਼ਾਅੱਲਾ ਵਾਜ਼ਿਹ ਪੋਜੀਸ਼ਨ ਨਾਲ ਜਿੱਤਿਆ ਜੀ, ਜਿੰਦਾਬਾਦ। ਬੱਚਿਆਂ ਦਾ ਵੀ ਜਿੱਤਿਆ ਜੀ, ਐਸੂ ਵੀ ਜਿੱਤਿਆ ਜੀ, ਮਾਸ਼ਾਅੱਲਾ ਸਾਰੇ ਟੂਰਨਾਮੈਂਟ ਅਲਹਮਦੁਲਿਲਾ ਚੈਂਪੀਅਨ ਮਾਸ਼ਾਅੱਲਾ ਕਮਾਲੀਏ ਜੀ। ਹਾਂ, ਕਿੰਨੇ ਸਾਲ ਤੋਂ? 9 ਸਾਲ ਹੋ ਗਏ ਜੀ, ਇੱਕ ਦਫਾ ਮੇਰਾ ਖਿਆਲ ਸੈਕਿੰਡ ਜਾਂ ਥਰਡ ਆਇਆ ਜੀ, ਬਾਕੀ ਤਾਂ ਬਾਕੀ ਚੈਂਪੀਅਨ ਤੇ ਚੈਂਪੀਅਨ। ਜਿੰਦਾਬਾਦ, ਬਹੁਤ ਸ਼ੁਕਰੀਆ ਰਹਿ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਲਓ ਜੀ ਦੋਸਤੋ, ਤੁਹਾਨੂੰ 8ਵਾਂ ਕਬੂਤਰ ਜਿਹੜਾ ਹੈਲਪਰ ਦੇ ਤੌਰ 'ਤੇ ਫੈਸਲਾਬਾਦ ਐਸੋਸੀਏਸ਼ਨ ਦੀ ਤਰਫੋਂ 7 ਉਡਾਏ ਗਏ, 8ਵੇਂ ਦਾ ਟਾਈਮ ਹੈਲਪਰ ਦੇ ਤੌਰ 'ਤੇ ਦਿੱਤਾ ਗਿਆ।